ਕਹਿੰਦਾ ਇਹ ਕੰਮ ਥੋੜਾ ਜਿਹਾ ਔਖਾ ਏ ਰੋਟੀ ਵੀ ਛੱਡਣੀ ਪੈਂਦੀ ਏ ਦਿੱਲੀ ਵਿੱਚ ਹਫ਼ਤਾ ਲੰਘ ਜਾਂਦਾ ਘਰ ਚੂੜੇ ਵਾਲੀ ਡੀਕਦੀ ਰਹਿੰਦੀ ਏ ਕਹਿੰਦਾ ਮੈਂ ਮਿਹਨਤ ਕਰਨੀ ਸਿੱਖੀ ਏ ਮੁੱਲ ਤਾਰ ਰਿਹਾ ਬਾਪੂ ਦੀਆਂ ਗੱਲਾਂ ਵੱਡੀਆਂ ਦਾ ਇਹ ਘਾਟੇ ਵਾਧੇ ਜਰਨੇ ਪੈਂਦੇ ਨੇ ਇਹ ਕੰਮ ਆ ਸਾਡਾ ਗੱਡੀਆਂ ਦਾ ਘਾਟੇ ਵਾਧੇ ਜਰਨੇ ਪੈਂਦੇ ਨੇ ਬਾਈ ਇਹਦੇ 'ਚ ਘਾਟੇ ਵੀ ਪੈ ਜਾਂਦੇ ਨੇ ਕਈ ਵਾਰੀ ਠੀਕ ਹੈ ਜੀ ਅਸੀਂ ਸਾਡੀ ਸੋਚ ਇਹ ਹੁੰਦੀ ਵੀ ਪੈਸੇ ਘੱਟ ਕਮਾ ਲਾਂਗੇ ਪਰ ਚੀਜ਼ ਵਧੀਆ ਤੇ ਵਧੀਆ ਹੀ ਦੇਵਾਂਗੇ ਕਸਟਮਰ ਨੂੰ ਇਹਦਾ ਰੇਟ ਬਈ 90,000 ਰੁਪਏ ਸਿਰਫ 90 ਓਨਲੀ ਓਨ 90,000 ਝੂਠ ਨਾ ਮਾਰ ਬਾਈ ਸੱਚ ਹੈ ਬਾਈ 90,000 ਰੁਪਏ ਦੀ ਕਾਰ ਅਸੀਂ ਦੇਣੀ ਹੈ ਲੋ ਜੀ ਦੋਸਤੋ ਸਿਰਫ 1,25,000 ਰੁਪਏ ਦੇ 2011 ਮਾਡਲ ਸਵਿਫਟ ਤੁਹਾਨੂੰ ਮਿਲਣ ਵਾਲੀ ਹੈ ਠੀਕ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਮਿਲ ਜੂ ਠੀਕ ਹੈ ਜਿਹੜਾ ਕੰਮ ਹੋਣ ਵਾਲਾ ਤੁਹਾਨੂੰ ਇਹ ਵੀ ਹੋਇਆ ਹੋਇਆ ਮਿਲੂਗਾ ਨੂੰ ਅਸੀਂ ਫੜਨਾ 2.5 ਲੱਖ ਰੁਪਏ ਦੀ ਕਾਰ ਘੱਟੋ ਘੱਟ 3 ਲੱਖ ਰੁਪਏ ਦੇ ਦੇਵਾਂਗੇ 3 ਲੱਖ ਰੁਪਏ ਦੀ ਦਿਖਾਓ ਵਰਨਾ ਕਿਹੜੀ ਤੁਸੀਂ ਦਿਓਗੇ ਸਾਨੂੰ 3 ਲੱਖ ਰੁਪਏ ਚ ਬਾਈ ਜੀ ਸਿਰਫ 3 ਲੱਖ ਰੁਪਏ ਚ ਵਰਨਾ ਮਿਲਣ ਵਾਲੀ ਹੈਗੀ ਤੇ ਦੇ ਸਕਦੇ 12 ਮਾਡਲ ਹੈ ਸਿੱਧੂ ਮੂਸੇ ਵਾਲੇ ਬਾਈ ਦਾ ਸਟicker ਲੱਗਿਆ ਹੋਇਆ ਤੇ ਨੰਬਰ ਦੇਖ ਲਓ ਇਹ ਨਹੀਂ ਹੁੰਦਾ ਵੀ ਅਸੀਂ ਅੱਜ ਇਹਦਾ 2.5 ਲੱਖ ਰੁਪਏ ਕਹਿ ਦਈਏ ਬੰਦੇ 3 ਲੱਖ ਰੁਪਏ ਦੀ ਕਾਰ ਦੇਵਾਂਗੇ ਨੰਬਰ ਟੈਕ ਕਰ ਸਕਦੇ ਹੋ ਜੀ SX ਵੇਰੀਐਂਟ ਦੀ ਕਿ 2 ਏਅਰਬੈਗ ਵਾਲੀ ਆਏ ਨਹੀਂ ਹੈਗੇ ਤੁਹਾਨੂੰ EX ਦੇ ਦਈ ਹਾਂਜੀ ਦੋਸਤੋ ਅੱਜ ਖੜੇ ਆਪਾਂ ਮੂਨਕ ਸ਼ਹਿਰ ਬਹੁਤ ਮਿੱਤਰ ਐਂਡ ਮਾਣ ਸੀ ਕਿ ਥੋੜਾ ਦੂਰ ਜਾ ਕੇ ਵੀਡੀਓ ਕਰੀ ਜਾਵੇ ਤੇ ਅੱਜ ਦੀ ਵੀਡੀਓ ਇੰਨੀ ਜ਼ਿਆਦਾ ਘੈਂਟ ਰਹੂਗੀ ਕਿ ਓਏ ਹੋਏ ਹੈਰਾਨ ਰਹਿ ਜਾਓਗੇ ਤੁਸੀਂ ਰੇਟ ਕਾਰਾਂ ਦੇ ਇੰਨੇ ਘੈਂਟ ਘੈਂਟ ਕਾਰਾਂ ਮੋਡੀਫਾਈ ਕਾਰਾਂ ਠੀਕ ਹੈ ਜੀ ਜਿਹੜੇ ਮਿੱਤਰ ਕਹਿੰਦੇ ਸਾਨੂੰ ਵਰਨਾ ਚਾਹੀਦੀ ਹੈ ਠੀਕ ਹੈ ਜੀ ਬਜਟਡ ਤੇ ਘੈਂਟ ਮੋਡੀਫਾਈ ਹੋਈ ਹੋਈ ਠੀਕ ਹੈ ਜੀ ਜਿਹੜੇ ਕਹਿੰਦੇ ਸਾਨੂੰ ਸਵਿਫਟ ਚਾਹੀਦੀ ਹੈਗੀ ਘੈਂਟ ਕਾਰ ਤੇ ਮੋਡੀਫਾਈ ਹੋਈ ਹੋਈ ਤੁਹਾਨੂੰ ਉਹ ਵੀ ਕਾਰ ਸਮਝ ਤੇ ਅਲਟੋ ਮਤਲਬ ਵੀ ਅਲਟੋ ਸਵਿਫਟ ਤੇ ਵਰਨਾ ਜਿਹੜੇ ਮਿੱਤਰ ਇਹ ਕਾਰ ਲੱਭ ਰਹੇ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਠੀਕ ਹੈ ਜੀ ਆਪਾਂ ਖੜੇ ਹਾਂ PV13 ਕਾਰ ਬਾਜ਼ਾਰ ਤੇ ਇੱਕ ਸਭ ਤੋਂ ਪਹਿਲੇ ਗੱਲ ਤਾਂ ਬਾਈ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਸ ਤੋਂ ਬਾਅਦ 13 ਦਿੱਲੀ ਦਾ ਨਾਮ ਰੋਸ਼ਨ ਕੀਤਾ ਉਸ ਤੋਂ ਬਾਅਦ ਹੀ ਆਪਾਂ ਗੱਲਬਾਤ ਕਰੀਏ ਮਾਂ ਪਿਓ ਦਾ ਜਿਵੇਂ ਗੱਲ ਕਰੀਏ ਵੀ ਉਰੇ ਰਹਿ ਕੇ ਨੌਜਵਾਨ ਮਿੱਤਰ ਨੇ ਉਰੇ ਰਹਿ ਕੇ ਹੀ ਕੰਮ ਕਰਦੇ ਨੇ ਤੇ ਗੱਲਬਾਤ ਕਰਾਂਗੇ ਕੀ ਡਿਟੇਲ ਆ ਕਾਰਾਂ ਦੀ ਆ ਜਾਓ ਲਓ ਜੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਵਾਗਤ ਕਰਦੇ ਆ ਬਾਈ ਦਾ PV13 ਕਾਰ ਬਾਜ਼ਾਰ ਪਹੁੰਚਣ ਤੇ ਤੇ ਬਾਈ ਉਹਨਾਂ ਨੂੰ ਕਾਰਾਂ ਦੀ ਡਿਟੇਲ ਦੱਸਣ ਤੇ ਬਾਈ ਜੀ ਆਪਣਾ ਕਿੰਨਾ ਟਾਈਮ ਹੋ ਗਿਆ ਕਾਰਾਂ ਦੇ ਕੰਮ ਕਰਦੇ ਨੂੰ ਸਾਨੂੰ ਬਾਈ 3 ਸਾਲ ਹੋ ਗਿਆ ਜੀ ਕੰਮ 3 ਸਾਲ ਹੋ ਗਏ ਹਾਂਜੀ ਐ ਨਹੀਂ ਸੋਚਿਆ ਵੀ ਅਸੀਂ ਬਾਹਰ ਬੂਰ ਲੰਘ ਜੀ ਕਿਸੇ ਪਾਸੇ ਬਾਈ ਕੰਮ ਮਿਲਦਾ ਨਹੀਂ ਸੀਗਾ ਹੋਰ ਕੋਈ ਖਰਚਾ ਹੈ ਨਹੀਂ ਸੀਗਾ ਤੇ ਅਸੀਂ ਸੋਚਿਆ ਵੀ ਚੱਲ ਬਿਜ਼ਨਸ ਤਾਂ ਚਲਾਉਣੀ ਪੈਂਦਾ ਬੰਦੇ ਨੂੰ ਰੋਟੀ ਢਿੱਡ ਪਾਲਣ ਲਈ ਘਰੇ ਬੱਚੇ ਪਾਲਣ ਲਈ ਪਰਿਵਾਰ ਪਾਲਣ ਲਈ ਤੇ ਅਸੀਂ ਨੇ ਫਿਰ ਸੋਚਿਆ ਵੀ ਕਾਰਾਂ ਦਾ ਕੰਮ ਕਿਉਂ ਨਾ ਕਰੀਏ ਠੀਕ ਹੈ ਜੀ ਤੇ ਅੱਜ ਕੱਲ ਕਾਰਾਂ ਦਾ ਕੰਮ ਰਨਿੰਗ 'ਚ ਆ ਬਾਈ ਅਸੀਂ ਸੋਚਿਆ ਵੀ ਕਾਰਾਂ ਦਾ ਕੰਮ ਕਰਦੇ ਆ ਟ੍ਰੈਂਡਿੰਗ ਕੰਮ ਹੈ ਟ੍ਰੈਂਡਿੰਗ ਕੰਮ ਆ ਵੀ ਹਾਂ ਵੀ ਅੱਜ ਕੱਲ ਗੱਲਬਾਤ ਕਰੀਏ ਸਟੈਂਡਰਡ ਵੀ ਕਾਰਾਂ ਨਾਲ ਹੀ ਹੈ ਤੇ ਸਾਨੂੰ ਸ਼ੌਕ ਵੀ ਹੈਗਾ ਸੀਗਾ ਬਾਈ ਸ਼ੁਰੂ ਤੋਂ ਵੀ ਕਾਰ ਰੱਖਣ ਦਾ ਤੇ ਨਾਲੇ ਅਸੀਂ ਆਪਣੇ ਸ਼ੌਕ ਪੂਰੇ ਕਰੀ ਜਾਂਦੇ ਆ ਤੇ ਨਾਲੇ ਲੋਕਾਂ ਨੂੰ ਅਸੀਂ ਮਤਲਬ ਸੇਵਾ ਕਰੀ ਜਾਂਦੇ ਆ ਠੀਕ ਹੈ ਜੀ ਮਤਲਬ ਕਸਟਮਰ ਦੀ ਸੇਵਾ ਕਰੀ ਜਾਂਦੇ ਆ ਕਾਰਾਂ ਵਧੀਆ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਕਾਰਾਂ ਪੂਰੀਆਂ ਵਧੀਆ ਰਹਿੰਦੀਆਂ ਨੇ ਹਾਂ ਬਾਈ ਬਹੁਤ ਵਧੀਆ ਬਹੁਤ ਵਧੀਆ ਕਾਗਜ਼ਾਂ ਦੀਆਂ ਕਾਗਜ਼ ਪੱਤਰ ਦੀ ਐਕਸੀਡੈਂਟਲ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਅਸੀਂ ਮਾੜੀ ਕਾਰ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਚੱਕੀ ਨਹੀਂ ਹੈਗੀ ਠੀਕ ਹੈ ਜੀ ਅਸੀਂ ਪੂਰਾ ਯਾਰ ਮਾੜੀ ਕਾਰ ਅਸੀਂ ਲੈ ਕੇ ਨਹੀਂ ਆਉਂਦੇ ਹੈਗੇ ਤੇ ਸਾਡੀ ਸੋਚ ਹੁੰਦੀ ਹੈ ਵੀ ਕੱਲ ਨੂੰ ਬੰਦਾ 3 ਲੱਖ ਰੁਪਇਆ 4 ਲੱਖ ਰੁਪਇਆ ਕੋਈ ਵੀ ਬੰਦਾ ਕਸਟਮਰ ਆ ਯਾਰ ਕੋਈ ਕਰੇ ਕਿਵੇਂ ਲੋਨ ਤੇ ਪੈਸੇ ਲੈਂਦਾ ਕੋਈ ਕਬੀਲਦਾਰੀ ਕਰਕੇ ਕੋਈ ਫਸਲ ਵੇਚ ਕੇ ਪੈਸਾ ਲਾ ਕੇ ਆਉਂਦਾ ਦੇਖੋ ਠੀਕ ਹੈ ਸਾਡੀ ਸੋਚ ਇਹ ਹੁੰਦੀ ਹੈ ਵੀ ਬੰਦਾ ਕੋਈ ਦੁਖੀ ਨਾ ਹੋਵੇ ਠੀਕ ਹੈ ਅਸੀਂ ਮਾੜੀ ਚੀਜ਼ ਲੈ ਕੇ ਨਹੀਂ ਆਉਂਦੇ ਜਿੰਨੇ ਵੀ ਕਸਟਮਰ ਨੇ ਸਾਰੇ ਹੈਪੀ ਨੇ ਤੇ ਕੋਈ ਕੰਪਲੇਂਟ ਤਾਂ ਆਈ ਨਹੀਂ ਹਜੇ ਤੱਕ ਠੀਕ ਹੈ ਵੀਰੇ ਹਾਂਜੀ ਵੀਰੇ ਕਰੀਏ ਆਪਾਂ ਪਹਿਲੀ ਗੱਲ ਹਾਂਜੀ ਵੀਰੇ ਬਾਈ ਦੇਖੋ ਆਪਣੇ ਲਵੇ ਦੇਖ ਰਿਹਾ ਮੈਂ 3 ਤੇ ਕਿ 4 ਹਨਾ ਜੀ 4 ਕਾਰ ਵਰਨਾ ਨੇ ਵੀ ਆਪਣੇ ਚੈਨਲ ਦੇ ਮੈਂ ਹੁਣ ਤੱਕ ਦੇਖੋ ਕਿੰਨੀਆਂ ਵੀਡੀਓ ਕਰਦੇ ਮਤਲਬ ਵੀ ਵਰਨਾ ਲਵਰ ਬਹੁਤ ਨੇ ਵੀਰੇ ਆਪਣੇ ਚੈਨਲ ਤੇ ਤੇ ਆਹ ਕਾਰ ਵਰਨਾ ਹੈਗੀ ਆਪਣੇ ਲਵੇ ਇਹਦੀ ਕੀ ਡਿਟੇਲ ਆ ਪਹਿਲਾਂ ਦੱਸੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਬਾਈ ਅਸੀਂ ਹੁਣ ਜ਼ਿਆਦਾ ਜਿਹੜੀ ਰਨਿੰਗ ਕਾਰ ਆ ਵਰਨਾ ਚੱਲ ਰਹੀ ਹੈ ਟ੍ਰੈਂਡਿੰਗ ਤੇ ਠੀਕ ਹੈ ਜੀ ਪਹਿਲਾਂ ਕਰੇਜ਼ ਸੀਗਾ ਸਵਿਫਟ ਦਾ ਹੁਣ ਥੋੜੇ ਜਿਹੜੇ ਮਾਡਲ ਮੁੰਡੇ ਆ ਤੇ ਇੱਕ ਇੱਕ ਕਾਰ ਦਾ ਚੱਲਣ ਦਾ ਤਰੀਕਾ ਇਹ ਆ ਵੀ ਇਹ ਕਾਰ ਘੱਟ ਰੇਟ 'ਚ ਠੀਕ ਹੈ ਜੀ ਘੱਟ ਰੇਟ ਕਰਕੇ ਤੇ ਵਧੀਆ ਕਾਰ ਲਗਜ਼ਰੀ ਕਾਰ ਆ ਤੇ ਇਹਦੀ ਲੁੱਕ ਕਾਰ ਦੀ ਸੋਹਣੀ ਆ ਸਹੀ ਗੱਲ ਹੈ ਸਾਹਮਣੇ ਦੇਖ ਸਕਦੇ ਹੋ ਵੀ ਇਹਦੀ ਲੁੱਕ ਕਿੰਨੀ ਸੋਹਣੀ ਆ ਕਾਰ ਦੀ ਮੈਂ ਅਲਾਏ ਦੇਖ ਰਿਹਾ ਵੀ ਅਲਾਏ ਬ੍ਰਾਂਡ ਨੂੰ ਰੱਖੇ ਨਾ ਨਾਲ ਟਾਇਰ ਹੀ ਬਈ ਅਸੀਂ ਟਾਇਰ ਤੇ ਅਲਾਏ ਬਿਲਕੁਲ ਨਿਊ ਪਵਾਉਨੇ ਆ ਅਲਾਏ ਤਾਂ ਡੱਬਾ ਬੰਦ ਹੀ ਹੁੰਦੇ ਆ ਠੀਕ ਹੈ ਜੀ ਤੇ ਟਾਇਰ ਜਿਹੜੇ ਅਸੀਂ 80 ਪੈਸੇ ਪਵਾਉਨੇ ਆ ਓਕੇ ਇੱਕ ਬਾਅਦ ਚ ਕਸਟਮਰ ਨੂੰ ਕੰਪਲੇਂਟ ਨਾ ਆਵੇ ਵੀ ਇਹ ਨਹੀਂ ਹੋਵੇ ਵੀ ਰਾਹ ਚ ਪੈਂਚਰ ਹੋ ਗਈ ਕਾਰ ਆ ਹਵਾ ਘੱਟ ਗਈ ਉਹ ਚੱਕਰ ਨਹੀਂ ਇਹ ਚੀਜ਼ ਅਸੀਂ ਪਹਿਲਾਂ ਸੋਚ ਰੱਖ ਕੇ ਰੱਖਦੇ ਆ ਠੀਕ ਹੈ ਮਾਡਲ ਕਿੰਨਾ ਵੀਰੇ ਇਹ ਬਈ 2012 ਮਾਡਲ ਆ 12 ਮਾਡਲ ਆ ਹੈ ਜੀ ਹਾਂਜੀ ਵੀਰੇ ਲੋ ਜੀ 12 ਮਾਡਲ ਆ ਅੰਦਰ ਦੀ ਗੱਲਬਾਤ ਕਰਦੇ ਹੁਣ ਕਾਰ ਤੇ ਦੇਖੋ ਬਾਈ ਅੰਦਰੋਂ ਕੰਡੀਸ਼ਨ ਪੂਰੀ ਸਾਫ਼ ਪਈ ਆ ਨਾ ਜੀ ਦੇਖੋ ਇੰਟੀਰੀਅਰ ਦੇਖੋ ਬਾਈ ਇਹਦਾ ਮਿਊਜ਼ਿਕ ਸਿਸਟਮ ਦੇਖੋ ਤੇ ਬਾਕੀ ਸਾਰੀ ਕਾਰ ਬੋਸ਼ ਆ ਤੇ ਇਹਦੀ ਮਤਲਬ ਸਾਰੀ ਕਾਰ ਅਸੀਂ ਨੇ ਪੂਰੇ ਘੈਂਟ ਤਰੀਕੇ ਨਾਲ ਤਿਆਰ ਕੀਤੀ ਹੋਈ ਆ ਇਹ ਫਸਟ ਓਨਰ ਕਾਰ ਹੈ ਮੇਰੇ 2012 ਮਾਡਲ ਫਸਟ ਓਨਰ ਤੇ ਕਿਹੜਾ ਵੇਰੀਐਂਟ ਹੈ EX ਆ ਜਾਂ SX ਆ ਇਹ EX ਆ ਬਾਈ ਇਹ ਕਾਰ EX ਹੈ ਜੀ ਇਹਦੇ ਲਾਈਵ ਵਰਕ ਨੇ ਤੇ ਕਾਰ ਦੀ ਲੁੱਕ
ਤੇ ਕੋਈ ਦਾ ਪੀਸ ਆ ਜਿਹੜਾ ਕੋਈ ਦਾ ਪੀਸ ਚੇਂਜ ਨਹੀਂ ਹੈਗਾ ਨਾ ਕੋਈ ਪੇਂਟ ਆ ਕੱਲੇ ਬੰਪਰ ਪੇਂਟ ਆ ਗੱਡੀ ਦੇ ਠੀਕ ਹੈ ਵੀਰੇ ਬੰਪਰ ਦੀ ਵੀ ਮਾੜੀ ਮੋਟੀ ਚਰੀਟਾਂ ਲੱਗ ਜਾਂਦੀਆਂ ਕਈ ਵਾਰੀ ਵੀਰੇ ਤਾਂ ਕਰਕੇ ਬੰਪਰ ਪੇਂਟ ਕਰਾਉਣੇ ਪੈਂਦੇ ਆ ਨਹੀਂ ਉੱਦਾਂ ਕਾਰ ਦੀਆਂ ਲਾਈਟਾਂ ਦੇਖ ਲਓ ਉਹ ਲਾਏ ਡੱਬਾ ਬੰਦ ਹੀ ਪਵਾਉਂਦੇ ਅਸੀਂ ਟਾਇਰ ਲਗਭਗ ਨਵੇਂ ਹੀ ਹੁੰਦੇ ਆ ਟਾਇਰ ਓਕੇ ਕੀ ਰੇਟ ਰਹੂਗਾ ਹੁਣ ਇਹਦਾ ਜੀ ਬਾਈ ਰੇਟ ਪਹਿਲੀ ਕਾਰ ਹੈ ਰੇਟ ਇਹ ਇਹਦੇ ਬੰਦਾ ਵੀ ਕਹਦੇ ਵੀ ਬਸ ਲੈ ਗਿਆ ਮੈਂ ਤਾਂ ਜੀ ਹਾਂ ਮਤਲਬ ਮੰਗਣ ਨੂੰ ਤਾਂ ਚਾਹੇ ਯਾਰ 4 ਲੱਖ ਕਹਿ ਲਓ ਕੁਛ ਵੀ ਕਹਿ ਲਓ ਵੀ 3,50,000 ਦੀ ਕਾਰ ਅਸੀਂ ਦੇਣੀ ਆ ਮੌਕੇ ਤੇ ਕਰ ਲਓ ਕੁਝ ਮਾੜਾ ਮੋਟਾ ਮੌਕੇ ਤੇ ਮਾਣ ਤਾਂ ਨਹੀਂ ਹੋ ਸਕਦਾ ਬਾਈ 1,000-2,000 ਇਦੋਂ ਵੱਧ ਨਹੀਂ ਠੀਕ ਹੈ ਜੀ ਲਓ ਜੀ 12 ਮਾਡਲ 3,50,000 ਰੁਪਏ ਰੇਟ ਹੈ ਤੇ ਫੋਨ ਚੱਕ ਲਓ ਨੀਚੇ ਨੰਬਰ ਚੱਲ ਰਿਹਾ ਹੋਊਗਾ ਉਸ ਤੋਂ ਬਾਅਦ ਅਗਲੀ ਆ ਗਈ ਫੇਰ ਅਗੇਨ ਵਰਨਾ ਇਹਦੀ ਕੀ ਡਿਟੇਲ ਹੈ ਵੀਰੇ ਇਹ ਬਾਈ ਜੀ ਹੈਗੀ 13 ਮਾਡਲ ਕਾਰ ਆ ਇਹ ਠੀਕ ਹੈ ਜੀ ਇਹ XX ਹੈ EX ਹੈ ਇਹ XX ਡਬਲ 에ਅਰ ਬੈਗ ਕਾਰ ਆ ਬਾਈ ਡਬਲ 에ਅਰ ਬੈਗ ਡਬਲ 에ਅਰ ਬੈਗ ਕਾਰ ਆ 2013 ਮਾਡਲ ਕਾਰ ਆ ਇਹ ਠੀਕ ਹੈ ਜੀ 13 ਮਾਡਲ ਕਾਰ ਹੈਗੀ ਦੇਖਣਾ ਦੋਸਤੋ ਤੇ ਅਲਾਈ ਵੀਲ ਇਹਦੇ ਵੀ ਨੱਬਾ ਬੰਦ ਨੇ ਤੇ ਟਾਇਰ ਵੀ ਲਗਭਗ ਨਵੇਂ ਆ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਪੇਂਟ ਸੈਂਟ ਇਹਦੇ ਵੀ ਮਤਲਬ ਵੀ ਟਚਿੰਗ ਫਚਿੰਗ ਹੈ ਜੀ ਨਾ ਟਚਿੰਗ ਫਚਿੰਗ ਨਹੀਂ ਵੀਰੇ ਕੱਲੇ ਬੰਪਰ ਪੇਂਟ ਓਨਲੀ ਓਕੇ ਤੇ ਹਾਂ ਪੂਰੀ ਕੰਡੀਸ਼ਨ ਕਾਰ ਦਾ ਬਾਡੀ ਦੇ ਓਕੇ ਆ ਪੂਰੀ ਬਾਡੀ ਦੀ ਕਾਰ ਅਸੀਂ ਪੂਰੀ ਜੈਨੂਨ ਚੱਕਦੇ ਵੀਰੇ ਅਸੀਂ ਮਾੜੀ ਕਾਰ ਚੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਦੇ ਓਕੇ ਵੀ ਮਤਲਬ ਵੀ ਬਾਅਦ ਤੋਂ ਕੋਈ ਦਿੱਕਤ ਨਾ ਆਵੇਗੀ ਨਾ ਅਗਲੇ ਨੂੰ ਆਪਾਂ ਨੂੰ ਨਾ ਕਸਟਮਰ ਨੂੰ ਯਾਰ ਕਸਟਮਰ ਦੁਖੀ ਨਾ ਹੋਵੇ ਸਾਡੇ ਇਹ ਹੁੰਦਾ ਕਸਟਮਰ ਹੈਪੀ ਰਵੇ ਠੀਕ ਹੈ ਜੀ ਤੇ ਮਤਲਬ ਵੀ ਰਿਸਕ ਕਵਰ ਕਰਕੇ ਚੱਲਦੇ ਹਾਂ ਬਿਲਕੁਲ ਬਈ ਬਿਲਕੁਲ ਅਸੀਂ ਸਾਡੀ ਸੋਚ ਇਹ ਹੁੰਦੀ ਵੀ ਪੈਸੇ ਘੱਟ ਕਮਾ ਲਾਂਗੇ ਪਰ ਚੀਜ਼ ਵਧੀਆ ਤੇ ਵਧੀਆ ਹੀ ਦੇਵਾਂਗੇ ਕਸਟਮਰ ਨੂੰ ਲਓ ਜੀ ਅੰਦਰ ਦੀ ਗੱਲਬਾਤ ਕਰਦੇ ਆਪਾਂ ਦੇਖੋ ਕਾਰ ਅੰਦਰੋਂ ਪੂਰੀ ਸੋਫੇ ਤਾਂ ਐ ਲੱਗਿਆ ਹੁੰਦਾ ਵੀਰੇ ਜਿਵੇਂ ਹਵਾਈ ਜਹਾਜ਼ ਦੇ ਸੀਟ ਕਵਰ ਆ ਜਿਹੜੇ ਸੀਟ ਕਵਰ ਨਿਊ ਪਾਇਆ ਸੀ ਨੇ ਹਾਂਜੀ ਤੇ ਅਸੀਂ ਪੂਰਾ ਮਤਲਬ ਮੋਡੀਫਾਈਡ ਕਾਰ ਪੂਰੀ ਕਰਦੇ ਆ ਆ ਦੇਖ ਲਓ ਸੀਟ ਕਵਰ ਦੇ ਸਕਦੇ ਹੋ ਪੂਰੀ ਸਾਫ ਕਾਰ ਆ ਦੇਖ ਇਹ ਚੱਲੀ ਕਿੰਨੀ ਕੋਈ ਆ ਵੀਰੇ ਇਹ 70,000 ਚੱਲੀ ਆ ਵੀ ਟੋਟਲ 70,000 ਕਿਲੋਮੀਟਰ ਚੱਲੀ ਹੋਈ ਆ ਹਾਂ 70,000 ਜੈਨੂਅਨ ਸਰਵਿਸ ਰਿਕਾਰਡ ਦੇ ਨਾਲ ਚੱਲੀ ਹੋਈ ਕਾਰ ਹੈ ਲਓ ਜੀ ਦੇਖੋ ਕਾਰ ਦੀ ਕੰਡੀਸ਼ਨ ਪੂਰੀ ਵਧੀਆ ਤੇ ਇਹਦਾ ਮੂਰੇ ਆ ਕੇ ਰੇਟ ਦੱਸ ਦਿਆ 1500 ਨੂੰ ਕਹਿੰਦਾ ਆ ਜਾਊਗਾ ਇਹਦਾ ਮੂਰੇ ਆ ਕੇ ਰੇਟ ਦੱਸੀਏ ਕੀ ਰੇਟ ਰਹੂਗਾ ਇਹਦਾ ਤੇ ਕੀ ਰੇਟ ਰਹਿਣ ਵਾਲਾ ਵੀਰੇ ਤੁਸੀਂ ਐਂ ਦੱਸੋ ਇਹਦਾ ਵੀਰੇ ਅਸੀਂ 3,70,000 ਦੀ ਕਾਰ ਦੇਣੀ ਹੈ ਅੱਛਾ 3,70,000 ਤੇ 2013 ਮਾਡਲ ਲਗਾ ਰਹੇ ਠੀਕ ਹੈ ਜੀ ਫਸਟ ਓਨਰ ਕਾਰ ਆ ਇੰਜਨ ਗੇਅਰ ਦੀ ਮਤਲਬ ਸਾਰੇ ਪਾਰਟ ਜਿਹੜੀ ਗੱਡੀ ਦੇ ਹੈਗੇ ਉਹ ਸਾਰੇ ਨਾਲ ਦੇ ਆ ਕੋਈ ਪੀਸ ਚੇਂਜ ਨਹੀਂ ਹੈਗਾ ਓਨਲੀ ਬੰਪਰ ਦੋਨੇ ਪੇਂਟ ਆ ਬਈ ਦੋਸਤੋ ਰੇਟ ਬੜਾ ਜੈਨੂਨ ਆ ਬਾਈ ਦਾ 3,70,000 ਤੇ ਬਾਈ ਕਹਿੰਦਾ ਕਿਉਂਕਿ 20,000 ਦੇ ਆਪਾਂ ਗੱਲ ਕਰੀਏ ਅਲਾਏ ਲੱਗੇ ਹੋਣਗੇ ਨਾ 20,000 ਦੇ ਅਲਾਏ ਲੱਗੇ ਹੋਏ ਨੇ ਬਾਈ 30,000 ਦੇ ਟਾਇਰ ਨੇ 30,000 ਦੇ ਟਾਇਰ ਨੇ ਪਿੱਛੇ ਮਤਲਬ ਵੀ ਗੱਲ ਕੀ ਰਹਿ ਗਈ ਸਾਰੀ 3,00,000 ਜੇ ਡਿਮਾਂਡ ਦੀ ਆਪਾਂ ਗੱਲ ਕਰੀਏ ਜੇ ਆਪਾਂ ਇਹ ਚੀਜ਼ ਨਾ ਹੋਵੇ ਨਾ 3,40,000 ਰਹਿ ਜਾਂਦੀ ਬਿਲਕੁਲ ਬਾਈ ਜੇ 30,000 ਰੁਪਈਆ ਆਪਾਂ ਲਾਇਆ ਦਾ ਕੱਢ ਦਈਏ ਤਾਂ ਕਾਰ ਦੀ ਕੀਮਤ ਦੇਖੋ ਕਿੰਨੀ ਰਹਿ ਜਾਂਦੀ ਆ ਮੈਂ ਤਾਂ ਆਪ ਹੀ ਗੱਲ ਕਰਦਾ ਬਚਾਉਣੇ ਕਿਉਂ ਤੁਸੀਂ ਬਾਈ ਅਸੀਂ ਤਾਂ ਬਸ ਇੱਕ ਐ ਪਿਆਰ ਹੀ ਬਤਾਉਣੇ ਗੱਲਾਂ ਅਸੀਂ ਤਾਂ ਸੇਵਾ ਹੀ ਕਰਦੇ ਇੱਕ ਹਿਸਾਬ ਦੀ ਬਾਈ ਯਾਰ ਆਪਾਂ ਐ ਵੀ ਕਸਟਮਰ ਹੈਪੀ ਰਵੇ ਤੇ ਸਾਡਾ ਤਾਂ ਇੱਕ ਐ ਵੀ ਖਰਚਾ ਚੱਲੀ ਜਾਵੇ ਸਾਨੂੰ ਖਰਚੇ ਤੱਕ ਮਤਲਬ ਆ ਸਾਡਾ ਹੀ ਸੋਚ ਨਹੀਂ ਹੈਗੀ ਵੀ ਇੱਕ ਕਾਰ 'ਚੋਂ ਅਸੀਂ 1,00,000 ਰੁਪਇਆ ਕੱਢਣਾ ਜਾਂ ਅਸੀਂ ਇੱਕ ਕਾਰ 'ਚੋਂ 80,000 ਰੁਪਇਆ ਕੱਢਣਾ ਸਾਨੂੰ ਬਸ ਯਾਰ ਸਾਡਾ ਖਰਚਾ ਨਿਕਲ ਹੀ ਜਾਵੇ ਤੇ ਸਾਡਾ ਇਹ ਸੋਚ ਆ ਵੀ ਸਾਡਾ ਖਰਚਾ ਚੱਲੇ ਜਾਵੇ ਸਾਡਾ ਆਹੋ ਚਲਾਈ ਚੱਲੀ ਜਾਵੇ ਬਸ ਮਤਲਬ ਕਈ ਮਿੱਤਰ ਕਹਿੰਦੇ ਹੁੰਦੇ ਨੇ ਯਾਰ ਵੀ ਦਿੱਲੀ ਤੋਂ ਕਾਰ ਲਿਆਉਂਦੇ ਨੇ ਉਰੇ ਠੀਕ ਆ ਉਹੀ ਮਤਲਬ ਵੀ ਗੱਲ ਕਹਿੰਦੇ 2,50,000 ਦੀ ਲਿਆਉਂਦੇ ਨੇ ਤੁਸੀਂ ਦੱਸੋ ਕਾਰ ਪਰਚੇਜ਼ ਕਰਨੀ ਕਿੰਨੀ ਕੁ ਸੌਖੀ ਹੈ ਬਈ ਐ ਨਹੀਂ ਪਤਾ ਸਾਨੂੰ ਇੱਕ ਇੱਕ ਹਫ਼ਤਾ ਲੱਗ ਜਾਂਦਾ ਉੱਥੇ ਠੀਕ ਹੈ ਰੂਮ ਲੈਣਾ ਪੈਂਦਾ ਕਈ ਵਾਰੀ ਇੱਕ ਇੱਕ ਹਫ਼ਤਾ ਲੱਗ ਜਾਂਦਾ ਮੇਰੇ ਨਾਲ ਵਾਲੇ ਮੁੰਡੇ ਨੇ ਬਾਈ ਹੋਰੀ ਪ੍ਰਦੀਪ ਹੋਰੀ ਨੇ ਉਹ ਪੂਰਾ ਪੂਰਾ ਇੱਕ ਹਫ਼ਤਾ ਲੱਗ ਜਾਂਦਾ ਕਾਰ ਮਿਲਦੀ ਨਹੀਂ ਪਤਾ ਕੀ ਚੱਕਰ ਆ ਫਿਰ ਮਿਲਦੀ ਆ ਜੇ ਕਾਰ ਕੂੜਾ ਮਿਲਦੀ ਆ ਯਾਰ ਕੂੜੇ ਦਾ ਲੈਣ ਦਾ ਫਾਇਦਾ ਹੈ ਨਹੀਂ ਕੋਈ ਅਸੀਂ ਕਾਰ ਸੋਹਣੀ ਹੀ ਚੱਕ ਕੇ ਰਾਜੀ ਆ ਵੀ ਅਸੀਂ ਆਪ ਸ਼ੌਂਕੀ ਆ ਕਰਾਂਦੇ ਅਸੀਂ ਪੂਰੇ ਮਤਲਬ ਜਿੱਦਾਂ ਕਾਰ ਘਰ ਰੱਖਣੀ ਹੁੰਦੀ ਆ ਉਦਾਂ ਕਾਰ ਤਿਆਰ ਕਰਦੇ ਆ ਤੁਹਾਡੇ ਸਾਹਮਣੇ ਕਾਰਾਂ ਖੜੀਆਂ ਨੇ ਇਦਾਂ ਕਿਸੇ ਦੇ ਕਾਰ ਘਰੇ ਨਹੀਂ ਮਿਲਦੀ ਜਿਹੜੇ ਮੁੰਡੇ ਸ਼ੌਂਕੀ ਨੇ ਉਹਨਾਂ ਕੋਲੇ ਮੋਡੀਫਾਈਡ ਕਾਰਾਂ ਮਿਲਣਗੇ ਇਦਾਂ ਦੀਆਂ ਠੀਕ ਹੈ ਤੇ ਸਾਡੀ ਸੋਚ ਇਹੀ ਹੁੰਦੀ ਆ ਮਤਲਬ ਵੀ ਜਿਹੜੀ ਇਹ ਵੀਡੀਓ ਕਲੀ ਸ਼ੌਂਕੀ ਮੁੰਡਿਆਂ ਵਾਸਤੇ ਜ਼ਿਆਦਾ ਹੈਗੀ ਮੇਰੇ ਹਿਸਾਬ ਨਾਲ ਅਗਰ ਦੇਖਿਆ ਜਾਵੇ ਹਾਂ ਜਿਹੜੀ ਅੱਜ ਕੱਲ੍ਹ ਚੀਜ਼ ਟ੍ਰੈਂਡਿੰਗ ਚੱਲ ਰਹੀ ਹੈ ਯਾਰ ਉਹੀ ਚੀਜ਼ ਅਸੀਂ ਰੱਖਦੇ ਹਾਂ ਉਹ ਦੀ ਸਟicker ਕਾਰਾਂ ਦੇ ਲੱਗੇ ਹੋਏ ਆ ਅਲਾਏ ਲੱਗੇ ਹੋਏ ਆ ਲਾਈਟਾਂ ਸਵੀਟ ਕਵਰ ਆਪਣਾ ਮੈਟ ਵਗੈਰਾ 뮤직 ਸਿਸਟਮ ਓਕੇ ਅਗਲੀ ਫੇਰ ਅਗੇਨ ਵਰਨਾ ਮੈਂ ਅਸਲ 'ਚ ਕਹਿਣਾ ਹੁੰਦਾ ਵੀ ਇਹਦੇ ਬਿਨਾਂ ਨਹੀਂ ਸਰਨਾ ਹਾਂ ਗਾਡੀਆਂ ਕਰੋ ਦਿਖਾਇਆ ਕਰਦੇ ਕਹਿੰਦਾ ਹਮਨੇ ਬੋਲਾ ਵਰਨਾ ਲੈ ਆਏਗੇ ਤੇ ਕੀ ਡਿਟੇਲ ਹੈ ਦੀ ਇਹ ਬਾਈ ਜੀ ਹੈਗੀ 2012 ਮਾਡਲ ਹੈ 12 ਮਾਡਲ ਹੈ ਇਹ SX EX ਇਹ SX ਹੈ ਬਰੀ 2012 ਬੈਗ ਠੀਕ ਹੈ ਜੀ ਲੋ ਜੀ ਦੋਸਤੋ SX ਵੇਰੀਐਂਟ ਦੀ ਕਾਰ ਹੈਗੀ ਪਹਿਲਾਂ ਤੁਹਾਨੂੰ ਦਿਖਾਉਂਦੇ ਅੰਦਰੋਂ ਕਿਉਂਕਿ ਅੰਦਰੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਦੇਖ ਸਕਦੇ ਹੋ ਅੰਦਰ ਬੈਠ ਕੇ ਫੀਲ ਮੈਟ ਦੇਖ ਸਕਦੇ ਹੋ 70 ਦੇ ਵਿੱਚ ਮੈਟ ਲੱਗੇ ਹੋਏ ਆ ਇੰਟੀਰੀਅਰ ਕਾਰ ਦਾ ਫੁੱਲ ਸੋਹਣਾ ਇੰਟੀਰੀਅਰ ਦਾ 뮤직 ਸਿਸਟਮ ਸਭ ਕੁਝ ਓਕੇ ਆ ਸੀਟ ਕਵਰ ਦੇਖ ਸਕਦੇ ਹੋ ਠੀਕ ਹੈ ਵੀਰੇ ਲਓ ਜੀ ਦੋਸਤੋ ਦੇਖ ਰਹੇ ਆਪਾਂ ਕੰਡੀਸ਼ਨ ਕਾਰ ਦੀ ਬਹੁਤ ਸੋਹਣੀ ਪਈ ਹੈਗੀ ਤੇ ਬਾਕੀ ਤੁਹਾਨੂੰ ਓਵਰਆਲ ਗੱਡੀ ਦੀ ਲੁੱਕ ਤਾਂ ਸੇਮ ਦਿਖਾਈ ਰਿਹਾ ਪੂਰੀ ਵਧੀਆ ਦੇਖੋ ਮੈਂ ਦੇਖ ਰਿਹਾ ਮੈਂ ਤੁਸੀਂ ਦੇਖ ਰਹੇ ਹੋ ਮਾੜਾ ਮੋਟੀ ਮਿੱਟੀ ਲੱਗੀ ਹੋਈ ਆ ਵੀ ਇਹ ਰੈਗੂਲਰ ਚੱਲਦੀਆਂ ਨੇ ਕਾਰਾਂ ਹਨਾ ਵੀਰੇ ਵੀਰੇ ਰੈਗੂਲਰ ਚੱਲਦੀਆਂ ਨੇ ਰੈਗੂਲਰ ਚਲਾਉਂਦੇ ਆ ਤੁਸੀਂ ਕਾਰਾਂ ਕਈ ਵਾਰੀ ਇੱਕ ਇੱਕੜਾ ਦੀ ਕਾਰ ਘਰ ਲੈ ਜਾਂਦੇ ਬਾਕੀ ਅੰਦਰ ਕਰ ਦਿੰਦੇ ਕਾਰਾਂ ਗੈਰੇਜ 'ਚ ਕਰ ਦਿੰਦੇ ਆ ਮਤਲਬ ਵੀ ਡੇਲੀ
3,50,000 देखो 3,50,000 अलाए ये भी लगे ने आप गल करी 20,000 के अलाए कट दिए 3,30,000 रुपये डिमांड रह जाती है भी मतलब भी थोड़ा फुल मोडिफाई करके ये थोड़ा कार मिल जाएगी 3,50,000 रुपए के ते एनओसी थोनू मिल जूगी फर्स्ट ओनर कार है ना वीर मेरे फर्स्ट ओनर एनओसी ਅਸੀਂ ਅਵੇਲੇਬਲ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਦੂਜੀ ਗੱਲ ਹੈਗਾ ਇਨਸ਼ੋਰੈਂਸ ਦੀ ਇਨਸ਼ੋਰੈਂਸ ਹਰੇਕ ਗੱਡੀ ਦਾ ਅਵੇਲੇਬਲ ਆ ਸਾਡੇ ਹਰੇਕ ਦਾ ਹਰ ਇੱਕ ਦਾ ਬਈ ਦੋਸਤੋ ਇਹ ਵੀ ਪਲੱਸ ਪੁਆਇੰਟ ਆ ਕਿਉਂਕਿ ਇਨਸ਼ੋਰੈਂਸ ਦੀ ਆਪਾਂ ਗੱਲਬਾਤ ਕਰੀਏ ਲਗਭਗ 7-8,000 ਦਾ ਇਨਸ਼ੋਰੈਂਸ ਬਣਦਾ ਨਾ ਕਾਰਾਂ ਦਾ ਘੱਟੋ ਘੱਟ 9,900 ਰੁਪਏ ਦਾ 10,000 ਰੁਪਏ ਦਾ ਫੁੱਲ ਇਨਸ਼ੋਰੈਂਸ ਹੁੰਦਾ ਥਰਡ ਪਾਰਟੀ ਥਰਡ ਪਾਰਟੀ ਥਰਡ ਪਾਰਟੀ 9,900 ਤੋਂ ਅਸੀਂ ਆਪਣੇ ਵੱਲੋਂ ਕਿਸੇ ਕਾਰ ਦਾ ਸਾਨੂੰ ਮਿਲ ਜਾਂਦਾ ਪਿੱਛੋਂ ਕਈ ਦਾ ਸੀ ਨਹੀਂ ਹੁੰਦਾ ਤਾਂ ਅਸੀਂ ਕਰਵਾ ਕੇ ਅਵੇਲੇਬਲ ਦਿੰਦੇ ਆ ਠੀਕ ਹੈ ਜੀ ਹਾਂਜੀ ਇਹ ਸਾਡੀ ਆਪਣੀ ਲੁੱਕ ਆ ਮਤਲਬ ਅਸੀਂ ਦਿੰਦੇ ਆ ਕਰਕੇ ओके लो जी दोस्तों मतलब भी इंश्योरेंस भी यदा मिलूगा मिलूगा नाल सीधी आप गलबात करिए 3.5 लाख जो कार लैन 10,000 के इंश्योरेंस मिल गया उत्थे भी थोड़ा बचत मिल गई ठीक है जी ये फायदे वाली गल हैगी तुसी एक बार ट्राई जरूर करो एक बार आओ भाई होर लवे उस तो बाद अगली अगेन वरना यदि गलबात करिए भी ये भाई जी है 2013 मॉडल कार ठीक है फर्स्ट ऑनर कार है ओके डबल एयर वर्ट एसएक्स बिल्कुल भाई इधर लाइव देख सकते हो ये भी कार साडे कोले कोई माड़ी नहीं मिलूगी असीं अपने वल्लों फुल जोर लाउणे यार भी कार सोहणी कार बनाई जावे कस्टमर नूं आवे आण सार गड्डी पसंद आए साडे कोले मेरे 2-3 दिन ही कार खड़दी आ ओके 2-3 दिन नूं कही कार 2-3 दिनां दे विच विच अपनी कार सेल हो जांदी आ ठीक है वीर मतलब कि चल वरना साडे कोल डिमांड इन्नी गया भी वरना साडे तों पूरी नहीं हुंदी ठीक है जी हां वरना इक आउंदी आ दो आउंदियां ने वरना ओदी कस्टमर चले लै जांदे ने कार ठीक है जी दोस्तों बाकी देखो कारां नूं मोडीफाई करके रखण दा लहजा ये भी बहुत सोहणा गा बाकी कार परचेज करता भी ले जा बहुत घेंट है ठीक है जी देख लाँगे ये सीट कवर भी बहुत सोहने पाए हुए ने भाई होर ने ठीक है जी कंडीशन ओवरऑल सारिया कारा की मैं देख लिया पूरी है वधिया हैगी मेरे हिसाब नाल अगर जिवें मैं एक कार बाजार की वीडियो करी थी उत्थे भी कारा बहुत ज़्यादा घेंट सीगियाँ भी मैं वह टाइटल दिता जी बिना ट्राई लैके जाने वाली कारा मैं लगता वह कारा ने यह बिल्कुल भी साढ़े मतलब साढ़े फ्रेंड सर्कल साढ़ा सुखर वाला इन्ना गा ਵੀ ਸਾਡੇ ਫਰੈਂਡ ਹੀ ਕਾਰ ਲੈ ਜਾਂਦੇ ਨੇ ਫਰੈਂਡ ਨੂੰ ਬੰਦਾ ਕੋਈ ਚੀਜ਼ ਮਾੜੀ ਨਹੀਂ ਦੇ ਸਕਦਾ ਸਹੀ ਗੱਲ ਆਪਣੇ ਰਿਸ਼ਤੇਦਾਰ ਨੂੰ ਜਾਂ ਪਿੰਡ 'ਚ ਵੀ ਕਾਰਾਂ ਸਾਡੇ ਪਿੰਡਾਂ 'ਚ ਕਾਰਾਂ ਚਲੀ ਜਾਂਦੀਆਂ ਨੇ ਮੇਰੇ ਪਿੰਡ 'ਚ ਕਾਰਾਂ 2-3 ਕਾਰਾਂ ਮੇਰੇ ਪਿੰਡ ਦੇ ਹੀ ਫੌਜੀ ਪਰਚੇਜ਼ ਕਰਨੀਆਂ ਸਾਡੇ ਤੋਂ ਕਾਰਾਂ ਠੀਕ ਹੈ ਜੀ ਅਤੇ ਹਾਂ ਵੀ ਸਾਡੇ ਯਾਰ ਆਪਣੇ ਜਾਂ ਕੋਈ ਕਸਟਮਰ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਆ ਜਾਂਦੇ ਨੇ ਪਰ ਸਾਡੇ ਸਰਕਲ 'ਚ ਵੀ ਕਾਰਾਂ ਸਾਡੀਆਂ ਚਲੀ ਜਾਂਦੀਆਂ ਨੇ ਠੀਕ ਹੈ ਜੀ ਹਾਂ ਸਾਡੇ ਸਰਕਲ 'ਚ ਹੀ ਕਾਰਾਂ ਸਾਡੇ ਪਰਚੇਜ਼ ਨਹੀਂ ਫਿਰ ਲਾਂਬਾ ਬਹੁਤ ਵੱਡਾ ਹੋ ਜਾਂਦਾ ਜੀ ਮਾੜੀ ਜੀ ਹਾਂ ਅਸੀਂ ਆਪਦੇ ਬੰਦੇ ਨੂੰ ਮਿੱਤਰ ਨੂੰ ਵਧੀਆ ਹੀ ਕਾਰ ਦਿੰਦੇ ਆ ਹਾਂਜੀ ਸਾਨੂੰ ਵੀ ਕੱਲ ਨੂੰ ਕੋਈ ਲਾਂਬਾ ਨਾ ਆਵੇ ਦਿੱਕਤ ਨਾ ਆਵੇ ਜੀ ਠੀਕ ਹੈ ਜੀ 3,50,000 ਲੋ ਜੀ 3,50,000 ਰੁਪਏ ਡਿਮਾਂਡ ਹੈ ਕਾਰ ਦੀ ਵੀ ਪੂਰੀ ਵਧੀਆ ਕਾਰ ਹੈਗੀ ਦੇਖ ਰਹੇ ਆਪਾਂ ਤੁਹਾਡੇ ਸਾਹਮਣੇ ਕੰਡੀਸ਼ਨ ਪੂਰੀ ਵਧੀਆ ਇਕੱਲੇ ਬੰਪਰ ਪੇਂਟ ਰਹਿਣਗੇ ਬਾਈ ਕਹਿੰਦਾ ਬਾਕੀ ਓਵਰਆਲ ਪੂਰੀ ਵਧੀਆ ਵਿਦ ਇੰਸ਼ੋਰੈਂਸ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਲੋ ਜੀ ਆ ਗਈ ਇਸ ਤੋਂ ਬਾਅਦ ਫਿਰ ਇੱਕ ਸਵਿਫਟ ਕਾਰ ਠੀਕ ਹੈ ਜੀ ਸਵਿਫਟ ਦੀ ਵੀ ਬਹੁਤ ਡਿਮਾਂਡ ਆ ਪੰਜਾਬ ਦੇ ਵਿੱਚ ਇਹਦੀ ਕੀ ਡਿਟੇਲ ਹੈ ਵੀਰੇ ਇਹ ਬਾਈ 2014 ਮਾਡਲ ਬੀਡੀ ਸਵਿਫਟ ਆ ਠੀਕ ਹੈ ਜੀ ਤੇ ਫਸਟ ਓਨਰ ਕਾਰ ਹੈ ਇਹ ਕੁੱਲ 50,000 ਚੱਲੀ ਹੋਈ ਕਾਰ ਆ ਸਿਰਫ 50,000 50,000 ਚੱਲੀ ਆ ਓਨਲੀ ਸਰਵਿਸ ਰਿਕਾਰਡ ਦੇ ਨਾਲ ਓਕੇ ਲੋ ਜੀ ਸਰਵਿਸ ਰਿਕਾਰਡ ਦੇ ਨਾਲ ਕਾਰ ਦੇ ਹੱਥ ਫੇਰ ਕੇ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਸਾਫ ਦੇਖੋ ਪੂਰੀ ਓਰੀਜਨਲ ਕਾਰ ਲੱਗ ਰਹੀਗੀ ਕੰਡੀਸ਼ਨ ਪੂਰੀ ਵਧੀਆ ਕਾਰ ਦੀ ਤਰਸੇਮ ਨੂੰ ਕਹਿੰਦਾ ਦਿਖਾਊਗਾ ਓਰੀਜਨਲ ਕਾਰ ਆ ਬਈ ਸਾਰੀ 2014 ਮਾਡਲ VDI ਸਵਿਫਟ VDI ਸਵਿਫਟ ਲੋ ਜੀ ਕੰਡੀਸ਼ਨ ਦੇਖ ਰਿਹਾ ਲਾਇ ਵੀ ਲੇਦੇ ਵੀ ਪਏ ਨੇ ਵਧੀਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ ਦੇਖਣਾ ਆਪਾਂ ਇੱਕ ਵਾਰ ਅੰਦਰੋਂ ਝਾਤੀ ਮਰਵਾ ਦਿੰਦੇ ਹਾਂਗੇ ਤੇ ਦੇਖੋ ਪੂਰੀ ਬਲੈਕ ਠੀਕ ਹੈ ਜੀ ਅਫੀਮ ਵਰਗੀ ਕਾਰ ਅੰਦਰੋਂ ਤਾਂ ਅਫੀਮ ਹੀ ਹੈ ਜੀ ਨਰੀ ਫੀਮੇ ਚੱਕਦੇ ਆ ਬਈ ਸੋਨਾ ਚੱਕਦੇ ਆ ਸਾਰਾ ਠੀਕ ਹੈ ਜੀ ਮਾੜੀ ਕਾਰ ਦਾ ਲੋ ਜੀ ਦੋਸਤੋ ਪਸੰਦ ਨਹੀਂ ਆਉਂਦੀ ਸਾਨੂੰ ਪਹਿਲਾਂ ਆਪ ਨੂੰ ਨਹੀਂ ਮਾੜੀ ਕਾਰ ਪਸੰਦ ਆਉਂਦੀ ਯਾਰ ਕਸਟਮਰ ਨੂੰ ਤਾਂ ਕੀ ਪਸੰਦ ਆਉਂਦੀ ਸਹੀ ਗੱਲ ਹੈ ਲੋ ਜਿਹੇ ਹੀ ਆਪਾਂ ਚਲਾਉਣੇ ਹੋਏ ਜੀ ਪਸੰਦ ਆਉਂਦੀ ਨੇ ਹਾਂ ਵੀ ਚੁਣ ਕੇ ਕਾਰ ਰੇਟ ਰਹੂਗਾ ਨਹੀਂ ਇਹਦਾ ਬਈ 3,60,000 ਰੁਪਏ ਰੇਟ ਆ 14 ਮਾਡਲ ਦਾ ਡਿਮਾਂਡ ਹੈ ਇਹਦੀ ਅਸੀਂ ਠੀਕ ਹੈ ਜੀ 3,60,000 ਓਏ 3,60,000 14 ਮਾਡਲ ਦੀ ਡਿਮਾਂਡ ਹੈਗੀ ਬਾਕੀ ਆਉਂਗੇ ਮੌਕੇ ਤੇ ਨੈਗੋਸ਼ੀਏਸ਼ਨ ਹੋ ਜੂ ਬਹੁਤ ਵਧੀਆ ਕਾਰ ਆਗੀ ਤੇ ਰੇਟ ਵੀ ਬਹੁਤ ਸਹੀ ਹੈ ਇਹਦੀ ਗੱਲ ਤੇ ਚੈਨਲ ਦੇ ਥਰੂ ਕੋਈ ਸਾਡੇ ਕੋਲੇ ਬੰਦਾ ਆਉਂਦਾ ਤਾਂ ਅਸੀਂ ਉਹਨੂੰ 10,000 ਰੁਪਿਆ ਮਤਲਬ ਡਿਸਕਾਊਂਟ ਕਰ ਦਿੰਦੇ ਹਾਂ 50,000 ਕਹੋਗੇ ਤਾਂ 10,000 ਬਹੁਤ ਹੁੰਦਾ ਬਈ 10,000 ਬਹੁਤ ਹੁੰਦਾ ਠੀਕ ਹੈ ਜੀ ਬਾਕੀ ਚਲੋ ਠੀਕ ਹੈ ਜੀ 10,000 ਵੀ ਬਹੁਤ ਹੈਗਾ ਵੀ ਮਿੱਤਰ ਆਉਣਗੇ ਉਹਨਾਂ ਦਾ ਮਾਨਦਾਨ ਜ਼ਰੂਰੀ ਹੁੰਦਾ ਹੈਗਾ ਉਸ ਤੋਂ ਬਾਅਦ ਆ ਗਈ ਅਲਟੋ ਠੀਕ ਹੈ ਜੀ ਇਹ ਵੀ ਡਿਮਾਂਡ ਦੇ ਵਿੱਚ ਰਹਿਣ ਵਾਲੀ ਕਾਰ ਆ ਗਈ ਤਰਸੇਮ ਨੂੰ ਕਹੂੰਗਾ ਫਰੰਟ ਵੀ ਦਿਖਾ ਦਿਓ ਇੱਕ ਵਾਰ ਇਹ ਫੈਮਿਲੀ ਕਾਰ ਆ ਵੀਰੇ ਕੋਈ ਮਤਲਬ ਘਰੇ ਚਲਾਉਣ ਵਾਸਤੇ ਘੱਟ ਚਲਾਈ ਹੁੰਦੀ ਜਿਹੜੇ ਦੀ ਉਹ ਅਲਟੋ ਖਰੀਦ ਲੈਂਦੇ ਆ ਸਾਡੇ ਤੋਂ ਸਹੀ ਗੱਲ ਹੈ ਜੀ ਤੇ ਇਹ ਵੀ ਕਾਰ ਅਸੀਂ ਨੇ ਆਪਣੇ ਯਾਨ ਚ ਪੂਰੀ ਵਧੀਆ ਤਿਆਰ ਕੀਤੀ ਹੋਈ ਆ ਬਲੈਕ ਕਲਰ ਦੀ ਕਾਰ ਆ ਫਸਟ ਓਨਰ ਕਾਰ ਆ ਤੇ ਅਸੀਂ ਸੈਕਿੰਡ ਓਨਰ ਸਾਡੇ ਕੋਲ ਕਾਰ ਕੋਈ ਨਹੀਂ ਹੁੰਦੀ ਠੀਕ ਹੈ ਜੀ ਅਸੀਂ ਫਸਟ ਪਾਰਟੀ ਦੀ ਕਾਰ ਲੈ ਕੇ ਆਉਂਦੇ ਆ ਵੀਰੇ ਤਾਂ ਕਿ ਆਉਣ ਵਾਲੀ ਪਾਰਟੀ ਦੇ ਮਤਲਬ ਦੂਜੇ ਨਾ ਹੀ ਹੋ ਜੇ ਕਾਰ ਠੀਕ ਹੈ ਜੀ ਲੋ ਜੀ ਦੋਸਤੋ ਪੂਰੀ ਘੈਂਟ ਕਾਰ ਆ ਇਹ ਵੀ ਫਸਟ ਓਨਰ ਕਾਰ ਆ ਕੀ ਦੇਖ ਰਹੇ ਆ ਆਪਾਂ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਪੂਰਾ ਸਾਫ ਹੈ ਇਹ ਕਿਹੜੀ LXI ਹੈ LXI ਕਾਰ ਆ ਵੀਰੇ ਇਹ ਮਾਡਲ ਦੀ ਵੀਰੇ ਗੱਲਬਾਤ ਕਰੀਏ ਮਾਡਲ ਕਿੰਨਾ ਹੈ ਇਹ 2007 ਮਾਡਲ ਕਾਰ ਹੈ ਵੀਰੇ ਅੱਛਾ 7 ਮਾਡਲ ਕਾਰ ਹੈ ਜੀ 2007 ਮਾਡਲ ਕਾਰ ਹੈ ਲੋ ਜੀ ਦੋਸਤੋ 7 ਮਾਡਲ ਕਾਰ ਹੈ ਕੰਡੀਸ਼ਨ ਦੇਖ ਰਹੇ ਆ ਆਪਾਂ ਪੂਰੀ ਵਧੀਆ ਪਈ ਹੈਗੀ ਕੀ ਰੇਟ ਰਹੂਗਾ ਵੀਰੇ ਦਾ ਇਹਦਾ ਰੇਟ ਬਈ 90,000 ਰੁਪਏ
ਸਿਰਫ 90 ਓਨਲੀ ਔਨ 90000 ਰੁਪਏ ਨਾ ਮਾਰ ਬਾਈ ਨਹੀਂ ਸੱਚ ਹੈ ਬਾਈ 90000 ਰੁਪਏ ਦੀ ਕਾਰ ਅਸੀਂ ਦੇਣੀ ਹੈ ਲੋ ਜੀ 90000 ਰੁਪਏ ਤੁਹਾਨੂੰ 7 ਮਾਡਲ ਕਾਰ ਮਿਲਣ ਵਾਲੀ ਹੈ ਕਿ ਟਾਇਰ ਦੇਖੋ ਕਾਰ ਦੇ ਟਾਇਰ ਦੇ ਬਿਲਕੁਲ ਟਾਇਰ ਵੀ ਵਧੀਆ ਪਏ ਨੇ ਠੀਕ ਹੈ ਜੀ ਲੋ ਜੀ 90000 ਰੁਪਏ ਦੇ ਵਿੱਚ ਤੁਹਾਨੂੰ ਇਹ ਅਲਟੋ ਮਿਲਣ ਵਾਲੀ ਹੈ ਕਿ ਜਿਹੜੇ ਮਿੱਤਰ ਕਹਿੰਦੇ ਨੇ ਯਾਰ ਕਾਲੀ ਚਿੱਟੀ ਜੀ ਅਲਟੋ ਠੀਕ ਹੈ ਜੀ ਇਹ ਕਾਰ ਤੁਹਾਨੂੰ ਮਿਲ ਜੂਗੀ ਬਹੁਤ ਘੈਂਟ ਕੰਡੀਸ਼ਨ ਦੀ ਕਾਰ ਹੈਗੀ ਤੇ ਉਸ ਤੋਂ ਬਾਅਦ ਫੇਰ ਅਗਲੀ ਆ ਗਈ ਅਲਟੋ ਠੀਕ ਹੈ ਜੀ ਸਿਲਵਰ ਵਾਈਟ ਤੇ ਇੱਕ ਬਲੈਕ ਇਹਨਾਂ ਦੀ ਬਹੁਤ ਡਿਮਾਂਡ ਹੈਗੀ ਕੀ ਡਿਟੇਲ ਹੈ ਵੀਰੇ ਦੀ ਇਹ ਬਾਈ 2009 ਮਾਡਲ ਕਾਰ ਆ ਫਸਟ ਆਨ ਕਾਰ ਆ ਇਹ ਵੀ ਫਸਟ ਆਨ ਮਤਲਬ ਫੌਜੀ ਕੋਲ ਫੌਜੀ ਸੀਗਾ ਬੰਦਾ ਉਹਦੇ ਕੋਲ ਚੱਕ ਲੈ ਕੇ ਆਏ ਕਾਰ ਠੀਕ ਹੈ ਜੀ ਚੱਲੀ ਹੋਈ ਸਾਰੀ ਜੈਨੂਨ ਇਹ 40000 ਚੱਲੀ ਹੋਈ ਕਾਰ ਸਿਰਫ 40000 ਦੀ ਓਨਲੀ 40000 ਚੱਲੀ ਹੋਈ ਹੈ ਬਈ ਦੋਸਤੋ 40000 ਕਾਰ ਚੱਲੀ ਹੋਈ ਹੈ ਠੀਕ ਹੈ ਜੀ ਮੈਨੂੰ ਲੱਗਦਾ ਹਲੇ ਸਾਫ ਸਫਾਈ ਹੋਣ ਵਾਲਾ ਕਰ ਦਾ ਇਹ ਬਈ ਹਾਂ ਦੀ ਵਾਸ਼ਿੰਗ ਕਰਵਾਈ ਨਹੀਂ ਕਰਦੀ ਠੀਕ ਹੈ ਜੀ ਸਾਫ ਕਰਵਾਈ ਨਹੀਂ ਕਰ ਰਹੇ ਲੈ ਕੇ ਆਉਂਦੀ ਹੈ ਲੋਈ ਦੋ ਤੁਸੀਂ ਆਓਗੇ ਠੀਕ ਹੈ ਜੀ ਤੁਹਾਨੂੰ ਪੂਰੀ ਘੈਂਟ ਹੋ ਕੇ ਕਾਰ ਇਹ ਮਿਲ ਜੂਗੀ ਧੋਆ ਧੋਈ ਕਰਕੇ ਹੋਰ ਤਾਂ ਕੁਝ ਹੋਣ ਵਾਲਾ ਹੈ ਨਹੀਂ ਇਹਦਾ ਮੈਨੂੰ ਲੱਗਦਾ ਨਹੀਂ ਬਸ ਕੱਲੀ ਵਾਸ਼ ਹੋ ਜੂਗੀ ਬਈ ਵਾਸ਼ ਨਾਲ ਕਾਰ ਪੂਰੀ ਚਮਕ ਜੂਗੀ ਠੀਕ ਹੈ ਜੀ ਲੋ ਜੀ ਪੂਰੀ ਘੈਂਟ ਕੰਡੀਸ਼ਨ ਦੀ ਕਾਰ ਆ ਬਾਈ ਜੀ ਤੇ 9 ਮਾਡਲ ਹੈ ਕੀ ਰੇਟ ਇਹਦਾ ਇਹਦਾ ਵੀ ਲੱਖ ਤੋਂ ਥੱਲੇ ਆ ਨਹੀਂ ਬਰੀ ਇਹ 1,00,000 ਅਸੀਂ 10,000 ਦੀ ਦੇਣੀ ਆ ਅੱਛਾ 1,10,000 ਲਓ ਜੀ 1,10,000 9 ਮਾਡਲ ਹੈ ਫਿਰ ਵੀ ਦੇਖੋ ਕੰਡੀਸ਼ਨ ਪੂਰੀ ਵਧੀਆ ਪਈ ਹੈਗੀ ਅਗਰ ਕਿਸੇ ਮਿੱਤਰ ਨੂੰ ਇਹ ਕਾਰ ਚਾਹੀਦੀ ਹੈਗੀ ਤਾਂ ਕਾਰ ਇਹ ਪਰਚੇਜ ਕਰ ਸਕਦੇ ਹੋਗੇ ਤੇ ਦੇਖ ਰਿਹਾ ਆਪਾਂ ਉਸ ਤੋਂ ਬਾਅਦ ਆਪਾਂ ਚੱਲੀਏ ਅਗਲੀ ਕਾਰ ਕਣੀ ਅਗਲੀ ਕਾਰ ਦੀ ਗੱਲ ਕਰੀਏ ਸਵਿਫਟ ਠੀਕ ਹੈ ਜੀ ਇਹ ਵੀ ਕਾਰ ਬਹੁਤ ਵਧੀਆ ਰਹਿਣ ਵਾਲੀ ਹੈਗੀ ਗੱਲਬਾਤ ਕਰੀਏ ਵੀਰੇ ਕੀ ਮਾਡਲ ਇਹਦਾ ਇਹ ਬਾਈ 2011 ਮਾਡਲ ਆ 올ਡ ਮਾਡਲ ਸ਼ੇਪ ਆ ਕਾਰ ਦੀ ਠੀਕ ਹੈ ਜੀ ਫਸਟ ਆਨ ਦਾ ਕਾਰ ਹੈ ਵੀਰੇ ਇਹ ਠੀਕ ਹੈ ਵੀਰੇ ਤੇ ਹਾਂਜੀ ਬਾਈ ਇਹਦੇ ਜਿਹੜੇ ਪੀਸ ਪੱਲੇ ਆ ਇਹਦੇ ਕਾਰ ਦੇ ਸਾਰੇ ਜੈਨੂਨ ਆ ਸ਼ੀਸ਼ੇ ਦੇ ਕਾਰ ਦੇ ਨਾਲ ਦੇ ਆ ਠੀਕ ਹੈ ਪੇਂਟ ਸ਼ੇਡ ਕਿੰਨੀ ਹੈ ਜੀ ਇਹਦਾ ਬਈ ਬੰਪਰ ਪੇਂਟ ਆ ਤੇ ਇੱਕ ਬੋਰਨਟ ਪੇਂਟ ਆ ਗੱਡੀ ਦਾ ਅਗਲਾ ਬੋਰਨਟ ਪੇਂਟ ਆ ਗੱਡੀ ਦਾ ਕਿਹੜੀ ਚੀਜ਼ ਹੁੰਦੀ ਆ ਬਈ ਅਸੀਂ ਦੱਸ ਕੇ ਦਿੰਨੇ ਆ ਨਹੀਂ ਸਹੀ ਗੱਲ ਹੈ ਜੀ ਬਾਅਦ ਚ ਨਹੀਂ ਹੈਗਾ ਬਈ ਬਾਅਦ ਚ ਬੰਦਾ ਕਹਿ ਦਵੇ ਆ ਕੇ ਬਈ ਇਹਦਾ ਆਪ ਇੱਥੋਂ ਪੇਂਟ ਆ ਇੱਥੋਂ ਪੇਂਟ ਆ ਜਿਹੜੀ ਚੀਜ਼ ਅਸੀਂ ਕਹਿੰਨੇ ਆ ਪਹਿਲਾਂ ਕਹਿ ਦਿੰਨੇ ਆ ਬਈ ਹਾਂ ਇੱਕ ਠੋਕ ਕੇ ਕਹਿੰਨੇ ਆ ਬਈ ਹਾਂ ਇੱਥੋਂ ਪੇਂਟ ਆ ਲੋ ਜੀ ਦੋਸਤੋ ਚਾਰੇ ਪਾਵਰ ਵਿੰਡੋ ਨੇ ਬਾਕੀ ਕੰਡੀਸ਼ਨ ਦੇਖ ਰਿਹਾ ਠੀਕ ਪਈ ਆ ਬਹੁਤ ਵਧੀਆ ਕੰਡੀਸ਼ਨ ਆ ਕੀ ਠੀਕ ਹੈ ਜੀ ਜਦੋਂ ਵੀ ਤੁਸੀਂ ਆਓਗੇ ਬਾਈ ਜੀ ਇੱਕ ਆ ਚੀਜ਼ ਠੀਕ ਹੈ ਜੀ ਇੱਕ ਬੰਪਰ ਠੀਕ ਹੈ ਇਹ ਤੁਸੀਂ ਜ਼ਰੂਰ ਪੇਂਟ ਕਰਵਾ ਕੇ ਦੇਣਾ ਆਪਣੇ ਮਿੱਤਰਾਂ ਹਾਂ ਬਈ ਇਹ ਪੇਂਟ ਇਸੇ ਪਹਿਲੀ ਕਹਿਣਾ ਵੀ ਇਹ ਲੈ ਕੇ ਯਾਰ ਰੈਡੀ ਨਹੀਂ ਹੋਈ ਇਹ ਇਹ ਕਾਰ ਇਦਾਂ ਹੀ ਖੜੀ ਆ ਇਹਦਾ ਕੰਮ ਕਰਵਾਵਾਂਗੇ ਇਹਦਾ ਬੋਰਨਟ ਪੇਂਟ ਕਰਵਾਵਾਂਗੇ ਦੇਖੋ ਬੋਰਨਟ ਦੇਖ ਸਕਦੇ ਹੋ ਤੁਸੀਂ ਸਕ੍ਰੈਚ ਪੈ ਪੈ ਬੋਰਨਟ ਬਸ ਠੀਕ ਹੈ ਇਹ ਬੋਰਨਟ ਅਸੀਂ ਤੇ ਹੁਣ ਇਹਦਾ ਰੇਟ ਕੀ ਰਹਿਣ ਲਾ ਸਾਨੂੰ ਰੇਟ ਦੇ ਦਿਓ ਇਹਨਾਂ ਇਹਦਾ ਰੇਟ ਅਸੀਂ ਦੇਵਾਂਗੇ ਬਾਈ 1,25,000 ਰੁਪਏ 1,25,000 ਰੁਪਏ ਓਨਲੀ ਓਨ 1,25,000 ਰੁਪਏ 2011 ਮਾਡਲ ਸਰਟ ਓਲਡ ਸ਼ੇਪ ਇੰਨੇ ਦਾ ਬੰਦਾ 9 ਮਾਡਲ ਮਿਲ ਜਾਂਦਾ ਜੀ ਬਾਈ ਬਸ ਸਾਨੂੰ ਪਤਾ ਹੀ ਆਪਾਂ ਤੈਨੂੰ ਪਤਾ ਆਪਾਂ ਕੰਮ ਚਲਾਉਣਾ ਆਪਣਾ ਤੇ ਸੇਵਾ ਕਰਨੀ ਆ ਤੇ ਉਹਦਾ ਖਰਚਾ ਵੀ ਕੱਢਣਾ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਕਾਰ ਫ੍ਰੀ ਚ ਦੇਣਾ ਮਤਲਬ ਵੀ ਸਸਤੀ ਲਿਆਂਦੀ ਤਾਂ ਸਸਤੀ ਵੇਚ ਹਾਂ ਜੇ ਸਸਤੀ ਆਈ ਆ ਤਾਂ ਬਸ ਸਸਤੀ ਦੇ ਦੇਣਾ ਕਿ ਇਹ ਨਹੀਂ ਹੈਗਾ ਵੀ ਆਪੇ ਚੋਂ 50000 ਰੁਪਏ ਕੱਢਣਾ ਠੀਕ ਹੈ ਜੀ ਹਾਂ ਬਸ ਵੀ ਆਪਣਾ ਕੰਮ ਚੱਲਦਾ ਰਹਿਣਾ ਚਾਹੀਦਾ ਵੀ ਬਸ ਲੋ ਜੀ ਦੋਸਤੋ ਸਿਰਫ 1,25,000 ਰੁਪਏ ਚ 2011 ਮਾਡਲ ਸਵਿਫਟ ਤੁਹਾਨੂੰ ਮਿਲਣ ਵਾਲੀ ਹੈ ਠੀਕ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਤੋਂ ਮਿਲ ਜੂ ਠੀਕ ਹੈ ਜਿਹੜਾ ਕੰਮ ਹੋਣ ਵਾਲਾ ਤੁਹਾਨੂੰ ਇਹ ਵੀ ਹੋਇਆ ਹੋਇਆ ਮਿਲ ਜੂਗਾ ਤੇ ਇੱਕ ਗੱਲ ਬਾਈ ਜੀ ਹੋਰ ਹੈ ਦੇਖੋ ਅਸੀਂ ਇਹਦਾ ਆਫਰ ਚਲੋ ਤੁਹਾਨੂੰ ਕਿਹਾ ਵੀ ਸਸਤੀ ਆਈ ਸਸਤੀ ਵੇਚਤੀ ਬਿਲਕੁਲ ਅਸੀਂ ਉਸ ਤੋਂ ਲੈਦਾ ਵੀ ਆਪਣੇ ਮਿੱਤਰਾਂ ਨੂੰ ਆਪਣੇ ਮਿੱਤਰਾਂ ਤੱਕ ਰੱਖ ਦਿੰਦੇ ਹਾਂ ਕਿ ਆਫਰ ਰੱਖ ਦਿੰਦੇ ਹਾਂ ਵੀ ਤੁਸੀਂ ਸਾਡੇ ਮਿੱਤਰਾਂ ਨੂੰ ਕੀ ਆਫਰ ਦੋਗੇ ਵਰਨਾ ਦੇ ਕੋਈ ਆਫਰ ਦੋਗੇ ਸਾਨੂੰ ਬਿਲਕੁਲ ਬਾਈ ਜੀ ਤੁਸੀਂ ਆਫਰ ਬਾਣੀ ਮੋਟੀ ਨਹੀਂ ਸਾਨੂੰ ਘੱਟੋ ਘੱਟ ਮਤਲਬ ਵੀ ਹਜ਼ਾਰਾਂ ਦੀ ਚਾਹੀਦੀ ਹੈ ਜੇ ਤੁਸੀਂ ਬਾਈ ਆਪਣੇ ਰਾਈਡ ਚੈਨਲ ਵਾਲੇ ਬਾਈ ਕਹਿ ਰਹੇ ਨੇ ਵੀ ਆਫਰ ਚਾਹੀਦੀ ਆ ਤਾਂ ਅਸੀਂ ਬਾਈਆਂ ਵਾਸਤੇ ਆਫਰ ਦਿੰਨੇ ਆ ਤੁਹਾਨੂੰ ਅਸੀਂ ਵਰਨਾ 'ਚ ਆਫਰ ਦਿੰਨੇ ਆ ਤੁਹਾਨੂੰ ਅਸੀਂ ਵਰਨਾ 3,50,000 ਰੁਪਏ ਦੀ ਕਾਰ ਘੱਟੋ ਘੱਟ 3,00,000 ਰੁਪਏ 'ਚ ਦੇਵਾਂਗੇ 3,00,000 ਰੁਪਏ ਜੀ ਦਿਖਾਓ ਵਰਨਾ ਕਿਹੜੀ ਤੁਸੀਂ ਦਿਓਗੇ ਸਾਨੂੰ 3,00,000 ਰੁਪਏ 'ਚ ਬਾਈ ਜੀ ਸਿਰਫ 3,00,000 ਰੁਪਏ 'ਚ ਵਰਨਾ ਮਿਲਣ ਵਾਲੀ ਹੈਗੀ ਤੇ ਦੇ ਤੁਸੀਂ ਦੇ ਸਕਦੇ 12 ਮਾਡਲ ਹੈ ਜੀ ਸਿੱਧੂ ਮੂਸੇ ਵਾਲੇ ਬਾਈ ਦਾ ਸਟicker ਲੱਗਿਆ ਹੋਇਆ ਤੇ ਨੰਬਰ ਦੇਖ ਲਓ ਇਹ ਨਹੀਂ ਹੁੰਦਾ ਵੀ ਅਸੀਂ ਕੱਜ ਇਹਦਾ 3,50,000 ਰੁਪਏ ਕਹਿ ਦਈਏ ਬੰਦੇ 3,00,000 ਰੁਪਏ ਦੀ ਕਾਰ ਦੇਵਾਂਗੇ ਨੰਬਰ ਚੈੱਕ ਕਰ ਸਕਦੇ ਹੋ ਲੋ ਜੀ SX ਵੇਰੀਐਂਟ ਦੀ ਠੀਕੇ 2 ਏਅਰਬੈਗ ਵਾਲੀ ਆਏ ਨਹੀਂ ਹੈਗਾ ਵੀ ਤੁਹਾਨੂੰ EX ਦੇਤੀ ਤੇ ਸਿਰਫ 3,00,000 ਰੁਪਏ 'ਚ ਮਿਲਣ ਵਾਲੀ ਹੈਗੀ 20,000 ਦੇ ਲਾਇਬਿਲ ਤੁਹਾਨੂੰ ਵਿੱਚ ਹੀ ਮਿਲਣਗੇ ਤੇ ਕੋਈ ਆਏ ਨਹੀਂ ਵੀ ਤੁਹਾਨੂੰ ਲਾਇਆ ਜਾਊਗਾ A to Z ਕੰਡੀਸ਼ਨ ਇਹਨਾਂ ਦੀ ਪੂਰੀ ਵਧੀਆ ਰਹੂਗੀ ਦੇਖ ਸਕਦੇ ਹੋ ਬਾਈ ਤੁਸੀਂ ਕਾਰ ਨੂੰ ਕਾਰ ਦੀ ਲੁੱਕ ਦੇਖ ਸਕਦੇ ਹੋ ਕਾਰ ਪੂਰੀ ਜੈਨੂਨ ਤਰੀਕੇ ਨਾਲ ਤਿਆਰ ਕੀਤੀ ਹੋਈ ਆ ਸਿਰਫ 3,00,000 ਰੁਪਏ ਇਸ ਨੈਗੋਸ਼ੀਏਸ਼ਨ ਨਹੀਂ ਹੋਣੀ ਹੈ ਵੀਰੇ ਇਸ ਤੋਂ ਬਾਅਦ ਕੋਈ ਵੀ ਨਹੀਂ ਬਾਈ 3,00,000 ਰੁਪਏ ਫਿਕਸ ਰਹੂਗਾ ਬਿਲਕੁਲ 3,00,000 ਜੇ ਕੋਈ 2-3.99 ਸਾਨੂੰ ਦੇਵੇ ਅਸੀਂ ਉਹ ਨਹੀਂ ਲੈਣਾ 3,00,000 ਤੁਹਾਡੇ ਕਰਕੇ 50,000 ਰੁਪਏ ਦੀ ਆਫਰ ਆ ਠੀਕ ਹੈ ਜੀ ਲੋ ਜੀ ਦੋਸਤੋ ਇਸ ਤੋਂ ਵੱਡੀ ਆਫਰ ਨਹੀਂ ਕਿਤੇ ਮਿਲਣੀ ਸਿਰਫ 3,00,000 ਰੁਪਏ 'ਚ ਉਸ ਤੋਂ ਬਾਅਦ ਆ ਗਈ ਇਹ ਵੀ ਕਾਰ ਹੈ ਜੀ ਖੜੀ ਤੁਸੀਂ ਕਿਹਾ ਹੁਣ ਆਈ ਹੈਗੀ ਬਿਲਕੁਲ ਇਹਦੀ ਕੀ ਡਿਟੇਲ ਹੈ ਵੀਰੇ ਇਹ ਹੈਗੀ ਆ ਬਾਈ 2014 ਮਾਡਲ ਕਾਰ ਅੱਛਾ 14 ਮਾਡਲ ਵਰਨਾ ਇਹ ਹਾਂਜੀ ਵੀਰੇ ਲੋ ਜੀ ਵਰਨਾ 14 ਮਾਡਲ ਹੈ ਕੰਡੀਸ਼ਨ ਦੇਖਣਾ ਤੁਹਾਡੇ ਸਾਹਮਣੇ ਪੂਰੀ ਵਧੀਆ ਪਈ ਹੈਗੀ ਇਹ ਹਲੇ ਆਈ ਹੈ ਵੀਰੇ ਇਹ ਆਈ ਆ ਬਾਈ ਦੋਹੇ ਰਾਤ ਹੀ ਲੈ ਕੇ ਆਉਂਦੀ ਆ ਇਹ ਰਾਤ ਦਿੱਲੀ ਤੋਂ ਆਈ ਆ ਠੀਕ ਹੈ ਜੀ 2014 ਮਾਡਲ ਡਬਲ ਏਅਰ ਬੈਗ ਫਸਟ ਆਨਰ ਕਾਰ ਆ ਵੀਰੇ ਅੱਛਾ ਫਸਟ ਆਨਰ ਕਾਰ ਹੈ ਵੀ ਬਿਲਕੁਲ ਇਹਦੀ NOC ਸਕਰੂ ਦੀ ਅਵੇਲੇਬਲ ਆ ਤੇ ਇੰਸ਼ੋਰੈਂਸ ਹੈਗਾ
ਕੰਡੀਸ਼ਨ ਵਧੀਆ ਪਈ ਹੈ, ਸਾਫ਼ ਹੈ, ਬਸ ਤੋਂ ਅੱਧ ਭਾਈ ਦੀ ਆਪਾਂ ਗੱਲਬਾਤ ਕਰੀਏ, ਉਹ ਰਹਿੰਦੀ ਹੈਗੀ, ਇਹ ਹੋ ਕੇ ਮਿਲ ਜੂਗੀ ਕਾਰ, ਸਾਰੀ ਜੈਨੂਅਨ ਓਰਿਜਨਲ ਕਾਰ ਆ ਬਾਈ ਸਾਰੀ। ਚੱਲੀ ਕਿੰਨੀ ਹੋਈ ਹੈ ਇਹ? ਚੱਲੀ ਹੋਈ ਹੈ ਬਾਈ 65,000 ਚੱਲੀ ਹੋਈ ਹੈ ਟੋਟਲ। 65,000 ਹੈ ਜੀ, ਤਾਂ ਦੋਸਤੋ 65,000 ਚੱਲੀ ਹੋਈ ਕਾਰ, ਕੰਡੀਸ਼ਨ ਵਧੀਆ ਮਾਡਲ ਕਾਰ, ਤੇ ਰੇਟ ਕੀ ਰਹੂਗਾ ਫਿਰ 14 ਮਾਡਲ ਦਾ? ਬਸ ਵੀ ਐਂ ਨਹੀਂ, ਇਹ ਵੀ ਆਫਰ ਵਾਲੇ ਰੇਟ ਹੋਵੇ ਵੀ, ਚਲੋ ਵਧੀਆ ਹੋਵੇ ਰੇਟ। ਇਹ ਬਾਈ 3,80,000 ਰੁਪਏ ਦੀ ਕਾਰ ਦੇਵਾਂ। 14 ਮਾਡਲ ਜੀ? 14 ਮਾਡਲ ਯਾਰ, ਮੈਨੂੰ ਝੂਠ ਲੱਗ ਤੁਹਾਡੇ ਸਾਹਮਣੇ ਬਾਈ, ਤੁਸੀਂ 3,80,000 ਦਿਓ, ਤੁਹਾਨੂੰ ਕਰ ਦੇ ਦਿੰਦੇ ਆ। 3,80,000 ਚ 14 ਮਾਡਲ ਆ, ਠੀਕ ਹੈ ਜੀ। ਆਪਾਂ ਦੇਖ ਰਹੇ ਹਾਂ ਕਿ ਵੀਰੇ ਕਈ ਵਾਰ 5.5-4.5 ਲੱਖ ਰੁਪਏ ਮੰਗਦੇ ਨੇ ਇਹ ਕਾਰ ਦਾ। ਸਾਡੇ ਵੀਰੇ ਅੰਮ੍ਰਿਤਸਰ ਤੋਂ, ਮੋਗੇ ਤੋਂ, ਅਮਲੋਹ ਤੋਂ ਬੰਦੇ ਇੱਥੋਂ ਆਉਂਦੇ ਆ, ਕਾਰ ਲੈ ਕੇ ਜਾਂਦੇ ਸਾਡੇ, ਠੀਕ ਹੈ ਜੀ। ਕਸਟਮਰ ਹੈਪੀ, ਗੁਰਦਾਸਪੁਰ ਤੱਕ ਦੇ ਬੰਦੇ ਸਾਡੇ ਕੋਲੇ, ਮਤਲਬ ਪੰਜਾਬ ਦੀ ਹੱਦ ਤੱਕ ਦੇ ਬੰਦੇ ਸਾਡੇ ਕੋਲੇ ਇੱਥੇ ਆਉਂਦੇ, ਠੀਕ ਹੈ ਜੀ। ਲਓ ਜੀ ਦੋਸਤੋ, ਬਹੁਤ ਘੈਂਟ ਰੇਟ ਰਹਿਣ ਵਾਲੇ ਨੇ, ਠੀਕ ਹੈ ਜੀ, ਬਹੁਤ ਘੈਂਟ ਰੇਟ ਹੈਗੇ ਨੇ। ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ, ਟਰਾਈ ਲਓ ਤੇ ਕਾਰ ਲੈ ਜਾਓ। ਤੇ ਬਾਈ ਜੀ, ਹੁਣ ਗੱਲਬਾਤ ਕਰਦੇ ਆਪਾਂ, ਹੁਣ ਐਂਡ ਕਰਦੇ ਹਾਂ। ਚਲੋ ਬਹੁਤ ਕਾਰਾਂ ਹੋ ਗਈਆਂ, ਵੀਡੀਓ ਵੀ ਲੰਬੀ ਹੋ ਗਈ, ਤੇ ਕਿੰਨਾ ਕੁ ਔਖਾ ਹੁੰਦਾ ਕਾਰਾਂ ਲੈ ਕੇ ਆਉਣਾ ਜੀ? ਬਾਈ ਸਾਡਾ ਯਾਰ ਕੋਈ ਪਤਾ ਨਹੀਂ, ਸਾਡਾ ਹਫ਼ਤਾ ਲੰਘ ਜਾਂਦਾ, ਕਈ ਵਾਰੀ ਹਫ਼ਤਾ ਅਸੀਂ ਉੱਥੇ ਬੈਠੇ ਰਹਿੰਦੇ ਦਿੱਲੀ, ਠੀਕ ਹੈ, ਨਾਲ ਵਾਲੇ ਸਾਡੀ ਟੀਮ ਆ, ਸਾਡੀ ਜਿਹੜੀ ਸਾਰੀ ਟੀਮ ਸਾਡੀ ਦਿੱਲੀ ਬੈਠੀ ਰਹਿੰਦੀ ਆ, ਪੂਰਾ ਪੂਰਾ ਹਫ਼ਤਾ ਲੰਘ ਜਾਂਦਾ, ਸਾਨੂੰ ਕਾਰ ਨਹੀਂ ਮਿਲਦੀ, ਠੀਕ ਹੈ। ਸਾਨੂੰ ਪਤਾ ਯਾਰ ਬਾਈ, ਕਾਰ ਚੁਣ ਕੇ ਲਿਆਉਣੀ, ਜਿਵੇਂ ਆਪਾਂ ਕਹਿੰਦੇ ਟੀਸੀ ਵਾਲਾ ਬੇਰ, ਸ਼ੌਨਾ, ਓਰਿਜਨਲ ਕਾਰ ਲਿਆਉਣੀ ਤੁਹਾਨੂੰ ਔਖੀ ਆ, ਬਹੁਤ ਔਖੀ ਕਾਰ ਮਿਲਦੀ ਆ ਓਰਿਜਨਲ, ਉਹਦੇ ਵਾਸਤੇ ਮਿਹਨਤ ਕਰਨੀ ਬਹੁਤ ਪੈਂਦੀ ਆ ਬਾਈ। ਸਹੀ ਗੱਲ ਹੈ। ਤੇ ਜਿਵੇਂ ਮੈਂ ਇੱਕ ਦਿਨ ਦਿਮਾਗ 'ਚ ਗੱਲ ਆਈ ਸੀਗੀ ਮੇਰੇ, ਤੇ ਮੈਂ ਲਿਖਿਆ ਵੀ ਸੀਗਾ, ਕਹਿੰਦਾ ਇਹ ਕੰਮ ਥੋੜ੍ਹਾ ਜਿਹਾ ਔਖਾ ਹੈ, ਰੋਟੀ ਵੀ ਛੱਡਣੀ ਪੈਂਦੀ ਹੈ, ਦਿੱਲੀ ਵਿੱਚ ਹਫ਼ਤਾ ਲੰਘ ਜਾਂਦਾ, ਘਰ ਚੂੜੇ ਵਾਲੀ ਡੀਕਦੀ ਰਹਿੰਦੀ ਹੈ, ਕਹਿੰਦਾ ਮੈਂ ਮਿਹਨਤ ਕਰਨੀ ਸਿੱਖੀ ਹੈ, ਮੁੱਲ ਤਾਰ ਰਿਹਾ ਬਾਪੂ ਦੀਆਂ ਗੱਲਾਂ ਵੱਡੀਆਂ ਦਾ, ਇਹ ਘਾਟੇ ਵਾਧੇ ਜਰਨੇ ਪੈਂਦੇ ਨੇ, ਇਹ ਕੰਮ ਆ ਸਾਡਾ ਗੱਡੀਆਂ ਦਾ, ਘਾਟੇ ਵਾਧੇ ਜਰਨੇ ਪੈਂਦੇ ਨੇ ਬਾਈ, ਇਹਦੇ 'ਚ ਘਾਟੇ ਵੀ ਪੈ ਜਾਂਦੇ ਨੇ ਕਈ ਵਾਰੀ, ਠੀਕ ਹੈ ਜੀ। ਕਈ ਵਾਰੀ ਇਹ ਨਹੀਂ ਹੁੰਦਾ ਵੀ ਕਾਰ ਵੀ ਪੂਰੀ ਹੀ ਮਤਲਬ ਵਿੱਚ ਮੁਨਾਫਾ ਹੀ ਮਿਲੂ ਆਪਾਂ ਨੂੰ, ਬਜਟ ਦੇਊਗੀ ਜਾਂ ਵਾਧਾ ਦੇਊਗੀ, ਕਈ ਵਾਰੀ ਕਾਰ ਐਂ ਲਾਲਾ ਵੀ ਸਾਨੂੰ ਘਾਟਾ ਵੀ ਦੇ ਜਾਂਦੀ ਆ, ਇਹਦੇ 'ਚ ਘਾਟੇ ਵਾਧੇ ਇਹਦੇ 'ਚ ਹੈਗੇ ਨੇ, ਕੋਈ ਚੱਕਰ ਨਹੀਂ, ਚੱਲੀ ਜਾਂਦਾ ਪਰ ਬਾਈ। ਸਹੀ ਗੱਲ ਹੈ ਜੀ। ਲੋ ਜੀ ਦੋਸਤੋ, ਜੇ ਪਹਿਲੀ ਵਾਰ, ਠੀਕ ਹੈ ਜੀ, ਆਪਾਂ ਮਤਲਬ ਵੀ ਬਾਈ ਸ਼ੇਅਰ ਸ਼ੈਰੀ ਕੀਤੇ ਬਾਈ ਨੇ, ਤੇ ਬਾਈ ਜੀ, ਬਾਈ ਬਾਈ ਦਾ ਨਾ ਇੰਸਟਾਗ੍ਰਾਮ ਦੇ ਉੱਪਰ ਵੀ ਪੇਜ ਹੈਗੇ ਬਾਈ, ਦੱਸ ਦਿਓ ਇੱਕ ਵਾਰ। ਮੇਰਾ ਇੰਸਟਾਗ੍ਰਾਮ 'ਤੇ ਪੇਜ ਹੈ ਗਗਨ ਸਵੈਗੀ, ਠੀਕ ਹੈ ਜੀ, ਬਾਈ ਮੈਨੂੰ ਐਡ ਕਰ ਸਕਦੇ ਹੋ, ਅਤੇ ਬਾਈ ਨਾ ਮੈਂ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ 'ਚ, ਬਾਈ ਦਾ ਨੇਚਰ ਬਹੁਤ ਵਧੀਆ, ਬਾਈ ਨੇ ਨੋਰਮਲ ਤਰੀਕੇ ਨਾਲ ਗੱਲ ਕੀਤੀ ਆ, ਅਤੇ ਬਾਈ ਦਾ ਬਹੁਤ ਧੰਨਵਾਦ ਕਰਦਾ। ਥੈਂਕ ਯੂ ਬਾਈ ਸੋ ਮੱਚ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਓਕੇ, ਧੰਨਵਾਦ ਬਾਈ ਤੁਹਾਡਾ ਸਾਡੇ ਤੋਂ ਉੱਥੇ ਤੱਕ ਪਹੁੰਚਣ 'ਤੇ, ਠੀਕ ਹੈ, ਥੈਂਕ ਯੂ ਸੋ ਮੱਚ ਬਾਈ, ਠੀਕ ਹੈ ਵੀਰੇ। ਲਓ ਜੀ, ਮੂਣਕ ਆਪਾਂ ਖੜੇ ਸੀਗੇ, ਨੀਚੇ ਨੰਬਰ ਚੱਲ ਰਹੇ ਹੋਣਗੇ, ਕੋਈ ਵੀ ਕਾਰ ਫਿੱਟ ਲੱਗੀ ਤਾਂ ਨੀਚੋਂ ਕਾਲ ਕਰਕੇ, ਕੰਟੈਕਟ ਕਰਕੇ, ਕੰਟੈਕਟ ਕਰਕੇ, ਕਾਲ ਕਰਕੇ ਸਾਡੇ ਤੋਂ ਕਾਰ ਪਰਚੇਜ਼ ਕਰ ਸਕਦਾ। ਸਹੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਓਕੇ ਭਰਾ।